ਸਨਮੇਕਾ ਲਾਇਆ ਸੀ ਖੀਸ 'ਤੇ। ਇਹ ਜਦੋਂ ਆਪਾਂ ਸਨਮੇਕੇ ਨੂੰ ਆਪਾਂ ਚੀਰ ਪਾਉਂਦੇ ਸੀਗੇ ਅਤੇ ਇਹ ਆਹ ਨਿਸ਼ਾਨ ਪਈ ਜਾਂਦਾ ਸੀਗਾ। ਵੜ ਕੇ ਖੀਸ ਕਈ ਵਾਰ ਵੱਧ ਵੜਦੀ ਸੀ, ਕਈ ਵਾਰ ਘੱਟ ਵੜਦੀ ਸੀ। ਹੁਣ ਇਹਦੇ 'ਤੇ ਆਪਾਂ ਕਟਰ ਪਿਆ ਜੀ, ਆਪਣੇ ਕੋਲ ਵਾਧੂ ਕਟਰ ਹੁੰਦੇ ਜੀ ਆਪਣੇ ਕੋਲ। ਹੁਣ ਇਹਨੂੰ ਵੱਢਾਂਗੇ ਆਪਾਂ ਕਟਰ ਨੂੰ, ਅਤੇ ਇਹਦੇ ਉੱਤੇ ਫਿੱਟ ਕਰ ਦਾਂਗੇ ਇੱਦਾਂ ਕਟਰ ਵੱਢ ਕੇ, ਅਤੇ ਫਿਰ ਬਹੁਤ ਵਧੀਆ ਲੱਗੂ। ਆਪਾਂ ਹੁਣ ਤੁਹਾਨੂੰ ਵੱਢ ਕੇ ਦਿਖਾਉਂਦੇ ਹਾਂ ਅਤੇ ਸਾਰੀ ਵੀਡੀਓ ਪ੍ਰੋਪਰ ਤਰੀਕੇ ਨਾਲ ਦੇਖਿਓ, ਫਿਰ ਤੁਸੀਂ ਵੀ ਇੱਦਾਂ ਖੀਸ ਬਣਾ ਲਿਓ। ਇਹ ਆਪਾਂ ਹੁਣ ਜੀ ਨਿਸ਼ਾਨ ਲਾ ਲੈਣੇ ਆ, ਆਪਾਂ ਪ੍ਰੋਪਰ ਤਰੀਕੇ ਨਾਲ ਨਿਸ਼ਾਨ ਲਾ ਕੇ ਅਤੇ ਆਹ ਕਟਰ ਬੰਨ੍ਹ ਕੇ ਗਰੈਂਡਰ ਦੇ ਵਿੱਚ ਇਹਨੂੰ ਵੱਢ ਲੈਣੇ ਆ। ਆਪਾਂ ਹੀ ਕੌਲੀ ਵੈਕਸ ਲਾਉਣੀ ਆ ਹੁਣ ਆਲੀ, ਇਹਨੂੰ ਲਾ ਕੇ ਆਪਾਂ ਲੱਕੜ 'ਤੇ ਕੌਲੀ ਵੈਕਸ ਆਲੀ, ਅਤੇ ਆਪਾਂ ਹੁਣ ਕਟਰ ਜੋੜ ਦੇਣਾ ਇਹਦੇ ਉੱਪਰ ਪ੍ਰੋਪਰ ਤਰੀਕੇ ਨਾਲ। ਹੁਣ ਇਹਨੂੰ ਧੱਪੇ ਰੱਖ ਲਓ, ਬਣ ਕੇ ਰੈਡੀ ਹੋ ਗਈ ਆਪਣੀ ਖੀਸ। ਆਹ ਦੇਖੋ ਕਿੰਨੀ ਸੋਹਣੀ ਬਣ ਗਈ। ਹੁਣ ਪਹਿਲਾਂ ਜਿਵੇਂ ਇੱਧਰਲੀ ਸਾਈਡ ਆਪਣਾ ਸਮੇਤਾਂ ਖੱਬ ਜਾਂਦੇ, ਹੁਣ ਇੱਧਰ ਆਪਣੀ ਪੱਤੀ ਲੱਗ ਗਈ ਆ। ਕਟਰੀ ਲਾਈ ਆਪਣੇ ਕੋਲ, ਕਟਰ ਵੀ ਹੁੰਦਾ ਇੱਧਰ ਆਪਣੀ ਆਰੀ ਵਾਲਾ ਪਲੇਟ ਲੱਗਾ ਹੋਇਆ ਵਾ। ਇੱਧਰ ਆਪਾਂ ਜਦੋਂ ਪੇਸ਼ ਕਸਾਂਗੇ ਇੱਧਰ ਹੁਣ ਖੜਾਉਣ ਨੂੰ, ਇਹਨੂੰ ਆਪਾਂ ਹੁਣ ਇਹਨੂੰ ਪਾ ਕੇ ਦੇਖਾਂਗੇ। ਆਲਾ ਪੇਜ ਜਿਹੜਾ ਆਪਾਂ ਕੱਸਦੇ ਹਾਂ ਇਹ ਆਪਣਾ ਮੰਨ ਕੇ ਚਲੋ ਇੱਧਰ ਤਾਂ ਲਾਇਆ ਆ ਰਹੀ ਵਾਲਾ ਬਲੇਟ ਵੀ ਇਹਦੇ ਉੱਪਰ ਕੱਸਿਆ ਵੀ। ਹੁਣ ਆਪਾਂ ਇੱਥੇ ਖੀ ਕਲਮ ਬੰਨ ਵੱਢ ਕੇ ਹੀ ਆਪਾਂ ਇੱਥੇ ਕਲਮ ਬੰਨ ਲੈਂਦੀ ਹਾਂ। ਆਪਣੇ ਕੋਲ ਵੱਢੀ ਸੀਗੀ ਪਹਿਲਾਂ ਹੀ ਕਲਮ ਆਪਾਂ, ਕਿਉਂਕਿ ਇਹਦੇ ਪਹਿਲਾਂ ਆਪਣਾ ਸਨਮੇਕਾ ਲੱਗੇ ਹੋਣੀ ਪੱਤੀ ਲਾਈ ਇਹਦੇ। ਬਹੁਤ ਸੋਹਣੀ ਖੀਸ ਬਣਦੀ ਹੈ ਇਹ। ਆਪਾਂ ਪਾਲਸ਼ ਵੀ ਕਰਾ ਸਕਦੇ ਹਾਂ, ਟਾਲੀ ਦੀ ਬਣੀ ਹੋਈ ਹੈ। ਹੁਣ ਆਪਾਂ ਸਨਮੇਕਾ ਇਹਦੇ ਨਾਲ ਪ੍ਰੋਪਰ ਤਰੀਕੇ ਨਾਲ ਕੱਟ ਸਕਦੇ ਹਾਂ। ਵੀਡੀਓ ਦੇਖਣ ਲਈ ਧੰਨਵਾਦ ਜੀ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ।